ਹਾਂਜੀ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਅੱਜ ਤੁਹਾਨੂੰ ਲੈ ਕੇ ਆਏ ਹਾਂ ਪਟਿਆਲਾ ਸ਼ਹਿਰ ਦੇ ਵਿੱਚ ਲੱਕੀ ਬਾਈ ਫਰੈਸ਼ ਜੂਸ ਕੋਰਨਰ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਸਿੰਗਰ ਭਾਜੀ ਹੋਣਾਂ ਕੋਲ ਸਪੈਸ਼ਲ ਜੂਸ ਪੀਣ ਆਉਂਦੇ ਆ। ਬਾਕੀ ਆਓ ਭਾਜੀ ਹੋਣਾਂ ਨਾਲ ਗੱਲਬਾਤ ਕਰਦੇ ਹਾਂ। ਕਿੰਨੇ ਸਾਲ ਪੁਰਾਣੀ ਦੁਕਾਨ ਆ, ਆਓ ਭਾਜੀ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਭਾਜੀ ਕੀ ਇੰਨਾ ਖਾਸ ਜੂਸ ਦੇ ਵਿੱਚ ਪਾਉਂਦੇ ਜੇ? ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਸਿੰਗਰ ਸਪੈਸ਼ਲ ਤੁਹਾਡੇ ਕੋਲ ਜੂਸ ਪੀਣ ਆਉਂਦੇ ਪਟਿਆਲੇ ਦੇ ਵਿੱਚ। ਆਪਣਾ ਜੀ ਮੇਨ ਆਪਣਾ ਮਿਕਸ ਫਰੂਟ ਸ਼ੇਕ ਹੈ ਜੀ, ਹਾਂਜੀ, ਜਿਹੜਾ ਅਸੀਂ ਆਪ ਤਿਆਰ ਕੀਤਾ। ਹਾਂਜੀ, ਬਾਕੀ ਉਹ ਸਾਨੂੰ ਵਧੀਆ ਬਣਦਾ ਸਾਡਾ ਸ਼ੇਕ। ਬਾਕੀ ਉਹ ਸ਼ੇਕ ਵੀ ਸਾਰੇ ਵਧੀਆ ਬਣਦੇ ਆ, ਪਰ ਉਹ ਜਿਹੜਾ ਸਾਡਾ ਮਿਕਸ ਫਰੂਟ ਸ਼ੇਕ ਆ ਉਹ ਸਪੈਸ਼ਲ ਹੈ। ਭਾਈ ਤੁਹਾਡੇ ਕੋਲ ਕਿੰਨੇ ਪ੍ਰਕਾਰ ਦੇ ਇੱਥੇ ਜੂਸ ਹੈਗੇ ਨੇ? ਆਪਣੇ ਕੋਲ ਭਾਈ ਜੂਸ ਹੈਗੇ ਜੀ 8 ਪ੍ਰਕਾਰ ਦੇ, ਅਤੇ ਸ਼ੇਕ ਹੈਗੇ ਆ ਕੁਛ ਤਾਂ ਲਾ ਕੇ ਵੀ 15-20 ਪ੍ਰਕਾਰ ਦੇ ਸ਼ੇਕ। ਜੂਸ ਕਿਹੜੇ ਕਿਹੜੇ ਆਪ ਜੀ ਕੋਲ? ਜੂਸ ਭਾਜੀ ਮਿਕਸ ਹੈਗਾ ਜੀ, ਮਸੰਮੀ ਹੈਗਾ, ਪਾਈਨਐਪਲ ਹੈਗਾ, ਵਾਟਰਮੈਲਨ ਫਰੈਸ਼ ਬਣਾ ਦਿੰਦੇ ਹਾਂ, ਫਰੈਸ਼ ਐਪਲ ਜੂਸ ਬਣਾ ਦਿੰਦੇ ਹਾਂ, ਅਤੇ ਬਾਕੀ ਕਸਟਮਰ ਡਿਮਾਂਡ ਆ ਜੀ, ਜੋ ਕਸਟਮਰ ਮੰਗਦੇ ਜੀ। ਸ਼ੇਕਸ ਕਿਹੜੇ ਕਿਹੜੇ? ਸ਼ੇਕ ਭਾਜੀ ਆਪਣੇ ਕੋਲ ਮਿਕਸ ਫਰੂਟ ਹੈਗਾ, ਮੈਂਗੋ ਹੈਗਾ ਜੀ, ਅਤੇ ਬਨਾਨਾ ਹੈਗਾ, ਪਪੀਤਾ ਹੈਗਾ, ਸਟ੍ਰੋਬੇਰੀ, ਬਟਰਸਕੋਚ, ਚੋਕਲੇਟ, ਅਤੇ ਆਪਣਾ ਗੁਆਵਾ, ਕੀਵੀ, ਵੀ ਆਲਮੋਸਟ ਸਾਰੀ ਹੈਗੀ। ਭਾਈ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਪਟਿਆਲੇ ਸ਼ਹਿਰ ਦੇ ਵਿੱਚ ਜੂਸ ਦਾ ਕੰਮ ਕਰਦੇ ਨੇ? ਸਰ ਆਪਾਂ 2003 ਦੇ ਵਿੱਚ ਮੇਰੇ ਫਾਦਰ ਸਾਹਿਬ ਸਰਦਾਰ ਲਖਵਿੰਦਰ ਸਿੰਘ ਜੀ ਨੇ ਜਿਹਨਾਂ ਨੇ ਕੰਮ ਜੂਸ ਦਾ ਸ਼ੁਰੂ ਕੀਤਾ ਸੀਗਾ। ਹਾਂਜੀ, ਅਤੇ ਉਹ ਤੋਂ ਬਾਅਦ ਫਿਰ ਅਸੀਂ ਵੱਡੇ ਹੋਏ ਅਤੇ ਫਿਰ ਅਸੀਂ ਕੰਮ ਕੀਤਾ ਜੀ, ਅਤੇ 2007 ਦੇ ਵਿੱਚ 8 ਦੇ ਵਿੱਚ ਸਾਡੇ ਕੋਲ ਮਤਲਬ ਕਿ ਕੰਮ ਜ਼ਿਆਦਾ ਵਧੀਆ ਸ਼ੁਰੂ ਹੋਇਆ ਸਾਡਾ ਆਪਣਾ ਜੂਸ, ਪਹਿਲਾਂ ਗੰਨੇ ਦਾ ਜੂਸ ਸੀਗਾ, ਫਿਰ ਹੌਲੀ ਹੌਲੀ ਅਸੀਂ ਫਰੈਸ਼ ਫਰੂਟ ਲਿਆ ਕੇ ਸ਼ੁਰੂ ਕੀਤਾ, ਉਹਦਾ ਜੂਸ ਬਣਾਉਣਾ ਸ਼ੁਰੂ ਕੀਤਾ। ਠੀਕ ਹੈ ਭਾਈ, ਜਿੱਦਾਂ ਤੁਹਾਡੀ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਸਾਹਮਣੇ ਦੁਕਾਨ ਆ, ਸਟੂਡੈਂਟਸ ਕਾਫੀ ਪਸੰਦ ਕਰਦੇ ਤੁਹਾਡੇ ਜੂਸ? ਹਾਂਜੀ ਹਾਂਜੀ, ਸਟੂਡੈਂਟ ਬਹੁਤ ਪਸੰਦ ਕਰਦੇ ਜੀ। ਹਾਂਜੀ, ਆਲਮੋਸਟ ਸ਼ੇਕ ਦਾ ਅਤੇ ਜੂਸ ਦਾ ਰੇਟ ਹੀ ਆਪਾਂ ਨੇ ਨੋਰਮਲ ਰੱਖਿਆ, ਵੀ ਨਾ ਹਾਈ ਫਾਈ ਨਹੀਂ, ਵੀ ਤਕਰੀਬਨ ਮਾੜੇ ਤੋਂ ਮਾੜਾ ਬੰਦਾ ਪੀ ਸਕਦਾ ਜੀ, ਮਾੜੇ ਤੋਂ ਵੱਡਾ ਬੰਦਾ ਪੀ ਸਕਦਾ ਜੀ। ਠੀਕ ਹੈ ਭਾਜੀ, ਇਸ ਦੁਕਾਨ ਤੋਂ ਇਲਾਵਾ ਹੋਰ ਵੀ ਤੁਹਾਡੀ ਕੋਈ ਬ੍ਰਾਂਚ ਹੈਗੀ? ਹਾਂਜੀ, ਚਾਰ ਬ੍ਰਾਂਚਾਂ ਆਪਣੀ ਟੋਟਲ। ਹਾਂਜੀ, ਇੱਕ ਪੰਜਾਬ ਯੂਨੀਵਰਸਿਟੀ ਹੋ ਗਈ, ਅਰਬਨ ਸਿਟੀ ਫੇਸ 2 ਦੇ ਵਿੱਚ ਹੋ ਗਈ, ਅਤੇ ਇੱਕ ਬਹਾਦਰਗੜ ਏਰੀਆ ਜੀ ਉੱਧਰ ਹੋ ਗਈ, ਅਤੇ ਇੱਕ ਦੇਵਗੜ੍ਹ ਰੋਡ 'ਤੇ ਹੋ ਗਈ। ਚਾਰ ਬ੍ਰਾਂਚਾਂ ਆਪਣੀ ਟੋਟਲ। ਚਾਰ ਬ੍ਰਾਂਚਾਂ ਭਾਈ, ਟਾਈਮਿੰਗ ਕਿੰਨੇ ਤੋਂ ਕਿੰਨੇ ਆ ਤੁਹਾਡੀ ਸ਼ੋਪ? ਟਾਈਮਿੰਗ ਭਾਜੀ ਆਪਣੀ ਹੋਈ ਸਵੇਰੇ 9 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਟਾਈਮਿੰਗ ਹੈ ਜੀ। ਭਾਜੀ ਇਹਦਾ ਜੂਸ ਦੇ ਵਿੱਚ ਕੀ ਸਪੈਸ਼ਲ ਹੁੰਦਾ ਤੁਹਾਡੇ ਵੀ ਬਹੁਤ ਜ਼ਿਆਦਾ ਕਸਟਮਰਸ ਵੱਲੋਂ ਪਸੰਦ ਕੀਤਾ? ਹਾਂਜੀ, ਜਿਹੜਾ ਆਪਣਾ ਮਿਕਸ ਫਰੂਟ ਸ਼ੇਕ ਆ ਨਾ ਜੀ, ਇਹਦੇ 'ਚ ਆਪਣਾ 26 ਆਈਟਮ ਤਿਆਰ ਹੁੰਦੇ ਜਿਹੜਾ ਮਿਕਸ ਫਰੂਟ ਸ਼ੇਕ ਹੈ। ਹਾਂਜੀ, ਅਤੇ ਇਹ ਸਾਡਾ ਆਪਣੀ ਰੈਸਪੀ ਹੈ ਜੀ। ਠੀਕ ਹੈ, ਕਿਸੇ ਨਾਲ ਸਾਡਾ ਕਸਟਮਰ ਦਾ ਕਾਫੀ ਜ਼ਿਆਦਾ ਪਸੰਦ ਕਰਦੇ ਨੇ। ਭਾਈ ਪ੍ਰਾਈਸ ਦੀ ਰੇਂਜ ਕੀ ਆ ਤੁਹਾਡੇ ਜੂਸ ਦੀ? ਪ੍ਰਾਈਸ ਭਾਈ 50 ਰੁਪਏ ਤੋਂ ਸ਼ੁਰੂ ਹੋ ਜਾਂਦਾ ਆਪਣਾ, 50 ਤੋਂ ਲੋਕੀ 50, 70, 90 ਤੱਕ। ਓਕੇ, ਠੀਕ ਹੈ ਭਾਈ, ਸਾਨੂੰ ਕਿਹੜਾ ਜੂਸ ਪਿਆਰੇ ਜੇ? ਭਾਈ ਤੁਹਾਨੂੰ ਬੁਲਾਈ ਆਪਾਂ ਆਪਣੀ ਸ਼ੋਪ ਦਾ ਬੈਸਟ ਸ਼ੇਕ ਮਿਕਸ ਫਰੂਟ ਸ਼ੇਕ, ਤੁਹਾਨੂੰ ਬਹੁਤ ਵਧੀਆ ਲੱਗੇਗਾ, ਉਮੀਦ ਹੈ ਸਾਰਿਆਂ ਨੂੰ ਵਧੀਆ ਲੱਗਦਾ ਹੁੰਦਾ ਜੀ। ਚਲੋ ਭਾਈ ਟੇਸਟ ਕਰਦੇ ਹਾਂ, ਫਿਰ ਤੁਹਾਨੂੰ ਦੱਸਦੇ ਕਿਵੇਂ ਦਾ ਲੱਗਾ ਟੇਸਟ। ਧੰਨਵਾਦ ਤੁਸੀਂ ਟਾਈਮ ਦਿੱਤਾ। ਦੋ ਹਜ਼ਾਰ 6 ਦੇ ਵਿੱਚ ਸਾਡੇ ਕੋਲ ਕਨਵਰ ਗਰੇਵਾਲ, ਰਵਿੰਦਰ ਬੀਲਾ, ਆਰਨੇਤ ਵੀਰਾ, ਅਤੇ ਤਕਰੀਬਨ ਜੋ ਯੂਨੀਵਰਸਿਟੀ 'ਚ ਪੜ੍ਹਦੇ ਰਹੇ ਹਾਂ ਉਹ ਆਪਣੇ ਕੋਲ ਆਉਂਦੇ ਰਹੇ ਹਾਂ, ਅਤੇ ਹੁਣ ਵੀ ਆਪਣੇ ਕੋਲ ਜਿਵੇਂ ਲਾ ਲਓ ਗੁਲਾਬ ਸਿੱਧੂ ਹੋ ਗਿਆ ਜੀ, ਜੀ ਖਾਨ ਹੋ ਗਿਆ ਜੀ, ਅਤੇ ਫੇਮਸ ਸਿੰਗਰ ਨੇ ਜਿਹੜੇ ਪੱਤੀ, ਕਨਵਰ ਗਰੇਵਾਲ ਵੀ ਆਉਂਦਾ ਹੀ ਰਹਿੰਦਾ ਜੀ ਆਪਣੇ ਕੋਲ, ਜਦੋਂ ਉਹਨਾਂ ਨੂੰ ਟਾਈਮ ਲੱਗਦਾ ਜੀ ਯੂਨੀਵਰਸਿਟੀ ਆਉਂਦੀ ਹੈ ਅਤੇ ਆਪਣੇ ਕੋਲ ਜ਼ਰੂਰ ਮਿਲ ਜਾਂਦਾ ਜੀ। ਬਾਕੀ ਰਾਜਵੀਰ ਜਵੰਦਾ ਵੀਰਾ ਜਿਹੜੀ ਪੜ੍ਹਤੀ ਗਿਆ ਜੀ, ਉਹ ਵੀ ਆਪਣੇ ਕੋਲ ਆਉਂਦਾ ਰਹਿੰਦਾ ਜੀ। ਹਾਂਜੀ ਦੋਸਤੋ, ਇਹ ਲੱਕੀ ਬਾਈ ਜੀ ਦਾ ਮਿਕਸ ਫਰੂਟ ਸ਼ੇਕ ਆ ਗਿਆ ਸਾਡੇ ਕੋਲ, ਹੁਣ ਇਸਦਾ ਟੇਸਟ ਕਰਕੇ ਦੱਸਦੇ ਹਾਂ। ਇਹ ਦੋਸਤੋ ਇਹ ਮਿਕਸ ਫਰੂਟ ਸ਼ੇਕ ਐਸਾ ਆ, ਇਹ ਪੀਣ ਦੇ ਨਾਲ ਨਾਲ ਖਾ ਵੀ ਸਕਦੇ ਤੁਸੀਂ, ਬਹੁਤ ਸਾਰੇ ਡਰਾਈ ਫਰੂਟਸ ਪਏ ਵਿੱਚ, ਹੁਣ ਇਸਦਾ ਟੇਸਟ ਕਰਕੇ ਦੱਸਦੇ ਹਾਂ ਕਿਵੇਂ ਦਾ ਲੱਗਾ ਟੇਸਟ। ਦੋਸਤੋ ਇਸਦਾ ਟੇਸਟ ਬਹੁਤ ਜ਼ਿਆਦਾ ਵਧੀਆ ਆ, ਬਹੁਤ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟਸ ਭਾਜੀ ਹੋਣਾਂ ਕੋਲ ਸਪੈਸ਼ਲ ਇਹੋ ਜੂਸ ਮਿਕਸ ਫਰੂਟ ਸ਼ੇਕ ਪੀਣ ਆਉਂਦੇ ਆ। ਇੱਕ ਵਾਰੀ ਤੁਸੀਂ ਵੀ ਵਧੀਆ ਜੂਸ ਦੀ ਕੁਆਲਿਟੀ ਪੀਣਾ ਚਾਹੁੰਦੇ ਜੇ ਭਾਜੀ ਹੋਣਾਂ ਦਰਸ਼ਨ ਜ਼ਰੂਰ ਦਿਓ, ਐਡਰੈਸ ਤੁਹਾਨੂੰ ਮੈਂ ਦੱਸ ਦਿੰਦਾ, ਪੰਜਾਬੀ ਯੂਨੀਵਰਸਿਟੀ ਦੇ ਬਿਲਕੁਲ ਸਾਹਮਣੇ ਲੱਕੀ ਬਾਈ ਦੀ ਜੂਸ ਵਾਲੇ। ਧੰਨਵਾਦ।